ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਂ ਦਾ SKB ਨਿਊਜ਼ ਚੈਨਲ ਵਿੱਚ ਸਵਾਗਤ ਕਰਦਾ ਹਾਂ। ਰਾਹੁਲ ਪਾਰਿਕ ਜੀ ਦੇ ਕੋਲ ਅਸੀਂ ਪਹੁੰਚੇ ਹਾਂ ਮਸ਼ੀਨ ਦੀ ਜਾਣਕਾਰੀ ਲੈਣ ਵਾਸਤੇ, ਆਓ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਜੀ ਰਾਹੁਲ ਪਾਰਿਕ। ਅਤੇ ਮਸ਼ੀਨ ਦਾ ਕੀ ਨਾਮ ਹੈ? ਇਹ ਭਾਰਤ ਮਸ਼ੀਨ ਹੈ ਜੀ, ਇਹ ਕੋਂਬੇ ਟੂਰ ਦੀ ਕੰਪਨੀ ਹੈ ਸਾਊਥ ਦੀ। ਠੀਕ ਹੈ ਜੀ। ਅਤੇ ਸਾਡੀ ਫਰਮ ਦਾ ਨਾਮ ਹੈ ਸ਼ਿਵਾ ਡਾਈ ਕੈਮੀਕਲ, ਅਸੀਂ ਇਹ ਮਸ਼ੀਨ ਦੀ ਟ੍ਰੇਡਿੰਗ ਕਰਦੇ ਹਾਂ ਲੁਧਿਆਣੇ 'ਚ, ਆਲ ਓਵਰ ਪੰਜਾਬ। ਠੀਕ ਹੈ ਜੀ। ਅਤੇ ਇਹ ਫੁੱਲੀ ਆਟੋਮੈਟਿਕ ਮਸ਼ੀਨ ਹੈ, ਇਹ 6 ਕਲਰ 14 ਪੈਲਟ ਹੈ ਜੀ, ਉੱਪਰ ਇਹਦੇ 6 ਕਲਰ ਚੱਲ ਸਕਦੇ ਆ, ਥੱਲੇ 14 ਪੀਸ ਵਿਛ ਸਕਦੇ ਆ ਇੱਕ ਵਾਰ 'ਚ। ਠੀਕ ਹੈ ਜੀ। ਅਤੇ ਹੁਣ ਅਸੀਂ ਇਹਦੇ ਡਿਜ਼ਾਈਨ ਇੱਕ ਵਾਰੀ ਜਿਹੜਾ ਲਗਾਇਆ ਹੋਇਆ CM ਵਹੀਕਲ ਆਇਆ, ਇਹ ਸਮਝ ਲਓ ਡਿਜੀਟਲ ਪ੍ਰਿੰਟ ਵਾਂਗੂ ਇਹਦੀ ਲੁੱਕ ਆਉਂਦੀ ਹੈ ਜੀ। ਠੀਕ ਹੈ ਜੀ। ਦੇਖੋ ਜੀ, ਇਹ 1 ਘੰਟੇ ਦੀ ਐਵਰੇਜ ਲਗਾ ਕੇ ਚੱਲੋ 500 ਤੋਂ 700 ਪੀਸ ਦੀ ਪ੍ਰੋਡਕਸ਼ਨ ਦਿੰਦੀ ਹੈ 1 ਘੰਟੇ ਦੇ। ਕਿੰਨੀ ਪੁਰਾਣੀ ਫੈਕਟਰੀ ਹੈ ਤੁਹਾਡੀ? ਇਹ 2023 ਦੀ ਕੰਪਨੀ ਹੈਗੀ ਹੈ ਜੀ। ਆਹ ਪੱਲਾ ਦੇਖੋ ਸੀ, ਆਹੀ ਮਸ਼ੀਨ ਤੇ ਛਾਪਿਆ ਹੋਇਆ ਜੀ, ਇਹਦੀ ਪ੍ਰੋਡਕਸ਼ਨ ਚੱਲ ਰਹੀ ਹੈ ਦੇਖੋ ਜੀ। ਅੱਛਾ ਜੀ। ਠੀਕ ਹੈ। ਕਰੋ ਸਰ ਮਦਦ। ਹਾਂ ਜੀ, ਪੂਰਾ ਦਿਖਾ ਦਿਓ। ਕਲੋਜ਼ ਕਰੋ ਜੀ, ਕੈਮਰਾਮੈਨ ਫੋਕਸ ਕਰਿਓ। ਚਲੋ ਸਰ। ਮੇਰਾ ਆਫਿਸ ਜੀ ਸਮਰਾਲਾ ਚੌਂਕ ਕੋਲ ਹੈਗਾ ਜੀ, ਟਰਾਂਸਪੋਰਟ ਨਗਰ ਦੇ ਬਿਲਕੁਲ ਓਪੋਜ਼ਿਟ, ਸ਼ਿਵਾ ਡਾਈ ਕੈਮੀਕਲ, ਨਗੇਸ਼ਵਰ ਡਾਈਜ਼ ਐਂਡ ਕੈਮੀਕਲਸ। ਅਸੀਂ ਕੈਮੀਕਲਸ 'ਚ ਵੀ ਡੀਲ ਕਰਦੇ ਹਾਂ ਜਿਹੜੇ ਇਹਦੇ 'ਤੇ ਕੈਮੀਕਲ ਚੱਲਦੇ ਆ, ਅਤੇ ਪਲੱਸ ਆ ਮਸ਼ੀਨ 'ਚ ਵੀ ਡੀਲ ਕਰਦੇ ਹਾਂ ਜੀ। ਅਤੇ ਸਾਡੇ ਕੋਲ ਸਾਰੀ ਰੇਂਜ ਹੈਗੀ ਆ, ਮਸ਼ੀਨ ਫਿਊਜ਼ਿੰਗ, ਕਿਊਰਿੰਗ, ਮਤਲਬ ਜੋ ਵੀ ਸਕਰੀਨ ਦੇ ਨਾਲ ਰਿਲੇਟਡ ਜਿੰਨੀ ਵੀ ਮਸ਼ੀਨਾਂ ਲੱਗਦੀਆਂ ਸਾਰੀਆਂ ਸਾਡੇ ਕੋਲ ਅਵੇਲੇਬਲ ਹੈ ਜੀ। ਲੁਧਿਆਣਾ ਕੀ ਹੈ ਸਰ? ਇਹ ਮਸ਼ੀਨ ਦੀ ਕੀਮਤ ਹੈਗੀ 28 ਲੱਖ ਰੁਪਏ ਜੀ, ਪਲੱਸ GST। ਜੇ ਖਰਾਬ ਹੋ ਜਾਵੇ ਸਰ ਇਹਨੂੰ? ਇਹਦੀ ਸਾਡੇ ਕੋਲ ਟੀਮ ਅਵੇਲੇਬਲ ਹੈ, ਸਰਵਿਸ ਟੀਮ ਅਵੇਲੇਬਲ ਹੈ, ਅਤੇ ਉਹ ਤੁਹਾਨੂੰ ਤੁਸੀਂ ਕਾਲ ਕਰਨ ਦੇ ਵਿਦਇਨ ਅੱਧੇ ਘੰਟੇ 'ਚ ਤੁਹਾਡੀ ਫੈਕਟਰੀ ਹੋਣਗੇ ਜੀ ਲੜਕੇ। ਕਿੰਨਾ ਖਰਚਾ ਆ ਜਾਂਦਾ ਜੀ? ਦੇਖੋ ਜੀ, 1 ਸਾਲ ਮਸ਼ੀਨ ਦੀ ਗਰੰਟੀ ਹੈ, ਫੁੱਲ ਫਰੀ ਹੈ ਸਾਰਾ ਕੁਝ, ਜੋ ਵੀ ਅਗਰ ਮਸ਼ੀਨ 'ਚ ਕੋਈ ਦਿੱਕਤ ਆਉਂਦੀ ਹੈ ਅਸੀਂ ਫਰੀ ਸਰਵਿਸ ਦੇਵਾਂਗੇ। ਮੋਬਾਈਲ ਨੰਬਰ ਕੀ ਹੈ ਸਰ ਤੁਹਾਡਾ? ਮੇਰਾ ਨਾਮ ਮੋਬਾਈਲ ਨੰਬਰ ਹੈ 9888-9146। ਕੰਪਨੀ ਦਾ ਐਡਰੈਸ ਦੱਸ ਸਕਦੇ? ਹਾਂਜੀ ਹਾਂਜੀ, ਸ਼ਿਵਾ ਡਾਈ ਕੈਮੀਕਲ, ਓਪੋਜ਼ਿਟ ਟਰਾਂਸਪੋਰਟ ਨਗਰ, ਨੀਅਰ ਸਮਰਾਲਾ ਚੌਂਕ। ਸਰ MD ਦਾ ਕੀ ਨਾਮ ਹੈ ਸਰ? ਮੇਰੇ ਫਾਦਰ ਨੇ ਜੀ, ਪ੍ਰਦੀਪ ਪਾਰਿਕ, ਸ਼੍ਰੀ ਪ੍ਰਦੀਪ ਪਾਰਿਕ ਜੀ। ਠੀਕ ਹੈ ਜੀ। ਉਹੀ ਉਹਨਾਂ ਨੇ ਇਹ ਕੰਮ ਸਟਾਰਟ ਕੀਤਾ ਸੀਗਾ, ਮੈਂ ਅੱਗੇ ਉਹਨਾਂ ਨੇ 1994 'ਚ ਇਹ ਕੰਮ ਸ਼ੁਰੂ ਕੀਤਾ ਸੀ, ਮੈਂ ਉਹਨਾਂ ਨੂੰ 2015 'ਚ ਜੁਆਇਨ ਕੀਤਾ ਨਾਲ। ਲੋ ਜੀ, ਮੈਂ ਸਟੀਵ ਵਾਲੀ SKB ਨਿਊਜ਼ ਤੋਂ, ਜੈ ਹਿੰਦ ਜੈ ਭਾਰਤ, ਕੈਮਰਾਮੈਨ ਕੁਲਦੀਪ ਸਿੰਘ ਜੀ।